ਸੋ ਬਾਕੀ ਕੱਲ ਨੂੰ ਮਿਲਦੇ ਆ ਜੀ, ਕੱਲ ਨੂੰ ਅਸੀਂ ਚੱਲੇ ਆ ਬਰਮਿੰਗਮ, ਸੋ 2 ਘੰਟੇ ਬਾਅਦ ਸੋਨਾ ਜੀ ਸਰਪ੍ਰਾਈਜ਼ ਹੋ ਗਏ ਬਰਮਿੰਗਮ ਤੇ ਪਹਿਲਾਂ ਵੀਡੀਓ ਵੀ ਸੁੱਖ ਨੇ ਬਣਾਈ ਐ ਸੱਚੀ ਕਹਿ ਰਿਹਾ ਤੂੰ ਹੀ ਕਰਾਈ ਐ ਅਸੀਂ ਕੱਲ ਜੀ ਸੋ ਸਾਡੇ ਇਸ ਸੌਂਗ ਦੇ ਕੀ ਕਹਿੰਦੇ ਹੁੰਦੇ ਦਿੱਗਜ ਨਹੀਂ ਹਾਲੇ ਪੜਨਾ ਦਿੱਗਜ ਸੋ ਅਸੀਂ ਪਹਿਲੀ ਵਾਰ ਅਦਾਕਾਰ ਆ ਫੀਮੇਲ ਸਾਡੇ ਲਈ ਸੋਨਮ ਬਾਜਵਾ ਜੀ ਸੋ ਅਸੀਂ ਪਹਿਲੀ ਵਾਰ ਕੰਮ ਕਰ ਲੱਗੇ ਜੀ ਤੇ ਸਾਰੀ ਟੀਮ ਨਰਵਸ ਵੀ ਹੈ ਸੱਚੀ ਦੱਸਾਂ ਓ ਮਾਈ ਗੋਡ ਕਿਉਂ ਕਿ ਸਾਰਿਆਂ ਨੂੰ ਕਿਉਂ ਇਹ ਤੁਸੀਂ ਸਾਨੂੰ ਸਪੋਰਟ ਕਰਨੀ ਹੈ ਕਿ ਸਾਨੂੰ ਦੱਸੀ ਜਾਇਓ ਤੁਹਾਡੇ ਐਂਗਲਸ ਵਗੈਰਾ ਸਾਰਾ ਕੁਝ ਠੀਕ ਆ ਨਹੀਂ ਤੁਸੀਂ ਮੈਨੂੰ ਅੱਜ ਦੱਸਾਇਆ ਆਈ ਐਮ ਸੋ ਹੈਪੀ ਐਂਡ ਐਕਸਾਈਟਡ ਟੂ ਬੀ ਡੂਇੰਗ ਦਿਸ ਅੰਡਰ ਯੋਰ ਡਾਇਰੈਕਸ਼ਨ ਸੋ ਮੈਂ ਕੁਝ ਸਿੱਖੂੰਗੀ ਨਵਾਂ ਫॉर ਸ਼ੋਰ ਨਹੀਂ ਨਹੀਂ ਤੁਸੀਂ ਮੈਨੂੰ ਦੱਸਿਓ ਕੀ ਕੀ ਕਿੱਦਾਂ ਕਰਨਾ ਸਾਰੇ ਤੁਹਾਡੇ ਠੀਕ ਹੈ ਜੀ ਇਨਸਟਰਕਸ਼ਨ ਦੇ ਹਿਸਾਬ ਨਾਲ ਹੋਊਗਾ ਡਨ ਐਕਸ਼ਨ ਤੇ ਚੱਲਦਾ ਪਰ ਆਪਾਂ ਸੱਚ ਸਕਰੀਨ ਤੇ ਨਹੀਂ ਦੱਸਣਾ ਹੁੰਦਾ ਓ ਵੀ ਚਿਲਿੰਗ ਬਹੁਤ ਮਜ਼ਾ ਆ ਰਿਹਾ ਬਹੁਤ ਖੂਬਸੂਰਤ ਦਿਨ ਹੈ ਅਤੇ ਕਾਫੀ ਇੰਜੋਏ ਕਰ ਰਹੇ ਹਾਂ ਸਾਨੂੰ ਕੋਈ ਸਟ੍ਰੈਸ ਨਹੀਂ ਹੈਗੀ ਕੁਛ ਚੱਕਰ ਨਹੀਂ ਹੈਗਾ ਬੜਾ ਗੁੱਡ ਹੈ ਲਿਖਣਾ ਹੀ ਸੋ ਵੀ ਡਰਟਿੰਗ ਅ ਵਾਈਟ ਸ਼ਰਟ ਦੈਟ ਸੋਨਮ ਇਜ਼ ਗੋਇੰਗ ਟੂ ਵੇਅਰ ਫॉर ਦ ਸ਼ਾਟ ਕੱਪੜਾ ਦੇ ਦੋ ਆਗੇ ਆਗੇ Who dirties a white shirt? Anyways, us. We got guns in our hands and white shirts. Then it close up the thing. Then it's like this. Now, just this. Main hai concept hai ye te hi. Theek. Bas te aa jehda hai ga eh cheez itthe rakh liye. Okay. So khaas karke theek hai fir jehde female artist hunde hai unna di lighting looting zyada khaas dhyan rakhna panda. Munde da sanu pata hi aa. ਖਾਸ ਕਰਕੇ ਸਿੱਧੂ ਬਾਈ ਹੁਣੀ ਮੇਕਅਪ ਮੂਕਅਪ ਨਹੀਂ ਕਰਾਉਂਦੇ ਹੈ ਨਾ ਸਿੱਧੂ ਬਾਈ ਨੇ ਕਿਸੇ ਗਾਣੇ 'ਚ ਵੀ ਨਹੀਂ ਕਰਾਇਆ ਨਾ ਸੋ ਕੁੜੀਆਂ ਦਾ ਉੱਦਾਂ ਵੀ ਥੋੜ੍ਹੀਆਂ ਜਿਹੀਆਂ ਜਿਵੇਂ ਲਾਈਟਿੰਗ ਹੇਅਰ ਲਾਈਟ ਹੋਈ ਇਹ ਹੋਇਆ ਉਹ ਹੋਇਆ ਸੋ ਉਹ ਕਰਨਾ ਪੈਂਦਾ ਤਾਂ ਕਰਕੇ ਥੋੜ੍ਹਾ ਟਾਈਮ ਲੱਗ ਰਿਹਾ ਐਂਡ ਗੁਰੀ ਆਪਣਾ ਬਾਲ ਲੈ ਕੇ ਸੁੰਦਰਤਾ ਖਿਲਾਰਤੇ ਹੋਏ ਇਹ ਮਾਮਾ ਚੱਲਦੇ ਸ਼ਾਟਾਂ 'ਚ ਲੰਘੀ ਜਾਂਦਾ ਕਹਿੰਦਾ ਮੈਂ ਕੱਪੜੇ ਸੋਹਣੇ ਪਾਇਆ ਤੇ ਸਾਡਾ ਸ਼ਾਟ ਚੱਲਦਾ ਉਹ ਸਿੱਧੂ ਬਾਈ ਨੇ ਕਮੈਂਟ ਪਾਤੇ ਕਿੰਨੇ ਹੋ ਗਏ ਸਿੱਧੂ ਵੀਰੇ ਨਹੀਂ ਆਕਾਸ਼ ਆਪਣਾ ਭਰਾ ਲਿਆ ਯਾਰ ਹੁਣ ਤੇਰੀ ਪਹਿਲੀ ਤਰੀਕ ਕਰਨ ਲੱਗਾ ਆਕਾਸ਼ ਆਪਣਾ ਭਰਾ ਵਾ ਆਪਾਂ ਪਹਿਲੀ ਵਾਰੀ ਇੰਨੇ ਲੰਬੇ ਟਾਈਮ ਲਈ ਮਿਲੇ ਪਹਿਲਾਂ ਆਪਾਂ ਮਿਲੇ ਸੀਗੇ ਸਿਰਫ 2-3 ਦਿਨ ਲਈ ਹੁਣ ਸਾਨੂੰ 4 ਮਹੀਨੇ 3-4 ਮਹੀਨੇ 4 ਮਹੀਨੇ ਹੋ ਗਏ ਸੋ ਘੈਂਟ ਆ ਭਰਾ ਆਪਣਾ ਬਹੁਤ ਮਿਹਨਤ ਕਰਦਾ ਥੋੜੀ ਪੁੱਠੀ ਸਿੱਧੀ ਜੀ ਕਰ ਦਿੰਦਾ ਕਈ ਵਾਰੀ ਬਾਲੇ ਘੈਂਟ ਆ ਬਾਲੇ ਘੈਂਟ ਆ ਤੇ ਇਹਨੂੰ ਅਸੀਂ ਗਾਲਾਂ ਕੱਢ ਲਈਏ ਇਹਨੂੰ ਅਸੀਂ ਜੋ ਮਰਜ਼ੀ ਕਹਿ ਲਈਏ ਗੁੱਸਾ ਨਹੀਂ ਕਰਦਾ ਗੁੱਸਾ ਨਹੀਂ ਕਰਦਾ ਸ਼ੂਟ ਬਹੁਤ ਚੱਲ ਰਿਹਾ ਟਾਈਮ ਇਜ਼ ਵੀ ਸਟਰਗਲਿੰਗ ਵਿਦ ਟਾਈਮ ਉਹ ਕਹਿੰਦੇ ਅੱਧਾ ਘੰਟਾ ਰਹਿ ਗਿਆ ਜੇ ਅੱਧਾ ਘੰਟੇ ਤੋਂ ਉੱਪਰ ਗਏ ਤਾਂ ਹੋਰ ਪੈਸੇ ਸਾਨੂੰ ਦੇਣੇ ਪੈਣਗੇ ਉਹਨਾਂ ਨੂੰ ਅਤੇ ਹੁਣ ਦੇਖਦੇ ਕੀ ਬਣਦਾ ਤੁਹਾਡੇ ਤਿੰਨ ਚਾਰ ਸ਼ਾਟ ਗੁੱਡ ਸੋ ਫਾਰ ਵਧੀਆ ਚੱਲ ਰਿਹਾ ਆ ਇਟਸ ਅ ਗੁੱਡ ਡੇ ਵੈਰੀ ਕੁਆਇਟ ਔਨ ਅ ਵੀਡੀਓ ਸੌਂਗ ਵਿਚ ਇਜ਼ ਵੈਰੀ ਅਨਯੂਜੂਅਲ ਔਫ ਵਾਟ ਆਈ ਹੈਵ ਸੀਨ ਸਾਡੇ ਸ਼ੂਟ 'ਤੇ ਜਦੋਂ ਸੀਨ ਜਿਹਾ ਸ਼ੂਟ ਕਰਦੇ ਹਾਂ ਗਾਣਿਆਂ ਦੇ ਸ਼ੂਟ 'ਤੇ ਸਭ ਤੋਂ ਜ਼ਿਆਦਾ ਰੌਲਾ ਹੁੰਦਾ ਬਟ ਦਿਸ ਇਜ਼ ਸੋ ਕੁਆਇਟ ਬਟ ਅ ਗੁੱਡ ਸ਼ੂਟ ਕੁਆਇਟ ਆ ਵੀ ਕੈਨ ਫੋਕਸ ਮੋਰ ਅਤੇ ਬਹੁਤ ਮਜ਼ਾ ਆ ਰਿਹਾ ਆ ਫਰੇਮਸ ਉੱਚ ਜਾ ਰਹੇ ਵੀਡੀਓ ਫਰੇਮ ਇੱਦਾਂ ਹੁੰਦੇ ਜਿਵੇਂ ਪੇਂਟਿੰਗ ਨਹੀਂ ਹੁੰਦੀ ਆਰਟਿਸਟ ਹੁੰਦਾ ਪੇਂਟਿੰਗ ਕਰਦਾ ਸੋ ਫਰੇਮ ਵੀ ਇੱਦਾਂ ਬਹੁਤ ਜ਼ਰੂਰੀ ਜੇ ਤੁਹਾਡਾ ਫਰੇਮ ਪਰਫੈਕਟ ਆ ਅਤੇ ਤੁਹਾਡੀ ਲਾਈਟਿੰਗ ਗੁੱਡ ਆ ਤੁਹਾਡਾ ਐਕਟ ਗੁੱਡ ਆ ਅਤੇ ਇਟ ਮੀਨਸ ਵੀ ਜਿਹੜੀ ਤੁਹਾਡੀ ਸਬਜ਼ੀ ਆ ਜਿਵੇਂ ਮਸਾਲੇ ਵਧੀਆ ਸਬਜ਼ੀ ਵਧੀਆ ਉਹਨੂੰ ਕਿੰਨਾ ਟਾਈਮ ਕੁੱਕ ਕਰਨਾ ਉਹ ਜਿਹੜਾ ਸਮੇਰ ਆ ਉਹਦੇ ਨਾਲ ਹੀ ਚੀਜ਼ ਵਧੀਆ ਬਣਦੀ ਬਾਕੀ ਉਸਤਾਦ ਜੀ ਨਾਲ ਸੁੱਖ ਵੀਰਾ ਜਿਹਨਾਂ ਕੋਲੋਂ ਸਿੱਖ ਰਹੇ ਸਾਰਾ ਕੁਛ ਵੀਰੇ ਦੇ ਕੋਲੋਂ ਸਿੱਖਦੇ ਆਵਾਂਗੇ ਭਾਜੀ ਦੇ ਨਾਲ ਤਾਂ ਚਿੰਤਾ ਨਹੀਂ
ਜਿੱਥੇ ਮਾੜੀ ਮੋਟੀ ਪੇਂਟਿੰਗ ਖਰਾਬ ਹੁੰਦੀ ਭਾਈ ਆਹ ਬੁਰਸ਼ ਲੈ ਗਿਆ ਸੀਰੀਅਸ ਟਾਕ ਕੀਤੀ ਆ ਅਸੀਂ ਇੰਨੇ ਖੁਸ਼ ਸਾਡੇ ਚਿਹਰੇ 'ਤੇ ਇੰਨੀ ਖੁਸ਼ੀ ਹੈ ਕਿ ਸਾਨੂੰ ਬਹੁਤ ਸਟ੍ਰੈਸ ਆ ਤੁਸੀਂ ਅਕਾਸ਼ ਦਾ ਕੀ ਦੇਖਦੇ ਸੀ ਅੱਛਾ ਆਹ ਦੇਖ ਜ਼ੂਮ ਕਰੋ ਕਾਫੀ ਯੂਜ਼ਡ ਆ ਕਾਫੀ ਯੂਜ਼ਡ ਆ ਕਾਸ਼ ਨੇ ਮੈਨੂੰ ਰੈਡੀ ਕਰਤਾ ਸੁੱਖ ਭਾਈ ਤਾਂ ਆਲਵੇਜ਼ ਰੈਡੀ ਹੈ ਕੰਡੀਸ਼ਨ ਮਿਸ਼ਨ ਕਰੀਮਾ ਸ਼ਰੀਮਾ ਸਭ ਕੁਝ ਲਾਇਆ ਹੋਇਆ ਹੈ ਨਾ ਕਿ ਉਹ ਟਾਇਰਡ ਸੋ ਸਾਡਾ ਸੈਕਿੰਡ ਸੈਟਅਪ ਫੋਰ ਦ ਡੇ ਐਂਡ ਉਹਨਾਂ ਨੇ ਸਟੈਂਡ ਕੱਢਤਾ ਵਿੱਚੋਂ ਸੈਂਡੀ ਭਾਜੀ ਸੈਂਡੀ ਪ੍ਰੋ ਭਾਜੀ ਸਾਡਾ ਤਾਂ ਬਾਈ ਆ ਇਹ ਬੰਦਾ ਨਾ ਬਹੁਤ ਘੈਂਟ ਬੜੀ ਲੈਂਦਾ ਇਹ ਤਾਂ ਫਿਰ ਵੀ ਬਹੁਤ ਠੀਕ ਆ ਉੱਥੇ ਤਾਂ ਮਤਲਬ ਲਾਸਟ ਡੇ ਰਿਮੈਂਬਰ ਇਦਾਂ ਹੋ ਗਿਆ ਸੀ ਬਸ ਕਿ ਕੋਈ ਬੰਦਾ ਉੱਡਣ ਨਾ ਜਾਵੇ ਉੱਥੇ ਉਹ ਅੱਖਾਂ 'ਚ ਬਹੁਤ ਪਾਣੀ ਆਉਂਦਾ ਨਾ ਉਹ ਜਦੋਂ ਤੁਸੀਂ ਕਰਨੀ ਸੀ ਰਾਈ ਸ਼ਾਟ ਮੇਰੇ ਇੱਕ ਦਮ ਹੀ ਵੱਜੇ ਮੈਨੂੰ ਤਾਂ ਐਂ ਹੋ ਗਿਆ ਤਾਂ ਸਤਿ ਸ਼੍ਰੀ ਅਕਾਲ ਜੀ ਸੋ ਸਾਡਾ ਅੱਜ ਫਸਟ ਡੇ ਅਸੀਂ ਲਾਈਟ ਰੱਖਿਆ ਸੀਗਾ ਥੋੜ੍ਹਾ ਲਾਈਟ ਰੱਖਿਆ ਸੀ ਔਰ ਠੰਡ ਚ ਮਾਰਤਾ ਤੇ ਸਾਡਾ ਅੱਜ ਹੋ ਗਿਆ ਡਨ ਥੈਂਕ ਯੂ ਸੋ ਮਚ ਸੋਨਮ ਹੁਣਾਂ ਦਾ ਤੇ ਸਾਡੀ ਸਾਰੀ ਟੀਮ ਸਿੱਧੂ ਵੀਰਾ ਫੋਰ ਬੀਇੰਗ ਸੋ ਪੇਸ਼ੈਂਟ ਸਿੱਧੂ ਵੀਰਾ ਕਾਫੀ ਦੇ ਲੁਫਤ ਲੈ ਰਹੇ ਆ ਹੁਣ ਠੰਡ ਬਹੁਤ ਹੈ ਚੀਅਰਸ ਤੇ ਬਹੁਤ ਵਧੀਆ ਰਹੀ ਪਹਿਲਾ ਦਿਨ ਸੀਗਾ ਬਾਕੀ ਕੱਲ ਨੂੰ ਅਸੀਂ ਜਾਣਾ ਓਕੇ ਲੈਟਸ ਆਸ ਸਿੱਧੂ ਸਿੱਧੂ ਕਮ ਹਿਅਰ ਸਿੱਧੂ ਵੀਰਾ ਆਇਓ ਬਹੁਤ ਵਧੀਆ ਸੀਗਾ ਜੀ ਸਾਰੇ ਖਾਸ ਕਰਕੇ ਸੋਨਮ ਜੀ ਬਹੁਤ ਵਧੀਆ ਸਾਰੇ ਬਹੁਤ ਵਧੀਆ ਦਿਨ ਸੀਗਾ ਤੇ ਸਾਰਿਆਂ ਨੇ ਵਧੀਆ ਮਿਹਨਤ ਕੀਤੀ ਖਾਸ ਕਰਕੇ ਸੁਖ ਸਿੰਘੜਾ ਜੀ ਨੇ ਤੇ ਸੈਮ ਡੀ ਓ ਪੀ ਜੀ ਨੇ ਸੈਮ ਮੱਲੀ ਜੀ ਨੇ ਤੇ ਪ੍ਰੀਤ ਔਜਲਾ ਜੀ ਨੇ ਸਾਰੀ ਸਾਰੀ ਟੀਮ ਦਾ ਬਹੁਤ ਧੰਨਵਾਦ ਥੈਂਕ ਯੂ ਸੋ ਬਾਕੀ ਕੱਲ ਨੂੰ ਮਿਲਦੇ ਆ ਜੀ ਕੱਲ ਨੂੰ ਅਸੀਂ ਚੱਲੇ ਆ ਬਰਮਿੰਗਮ ਸੋ 2 ਘੰਟੇ ਬਾਅਦ ਸੋਨਾ ਜੀ ਸਰਪ੍ਰਾਈਜ਼ ਹੋ ਗਏ ਬਰਮਿੰਗਮ ਤੇ ਪਹਿਲਾ ਸ਼ਾਟ ਤੁਹਾਡਾ ਜਿਮ ਵਾਲਾ ਜੀ ਤੇ ਪਲੀਜ਼ ਤੁਸੀਂ ਥੋੜਾ ਜਿਹਾ ਜਲਦੀ ਸੌਂ ਕੇ ਅੱਜ ਤਾਈਂ ਜਲਦੀ ਉੱਠ ਨਹੀਂ ਪਹਿਲਾ ਸ਼ਾਟ ਨਹੀਂ ਸਿੱਧੂ ਜੀ ਦਾ ਲਾਓ ਪਲੀਜ਼ ਓਕੇ ਕੱਲ ਨੂੰ ਮਿਲਦੇ ਆ ਜੀ ਟੁਮਾਰੋ ਸਤਿ ਸ਼੍ਰੀ ਅਕਾਲ ਸੋ ਬਲੌਗ ਦੀ ਲਾਈਟ ਜਗੀ ਆ ਸੋ ਅਸੀਂ ਅੱਜ ਸ਼ੂਟ ਕਰਨ ਲੱਗੇ ਹਾਂ ਡੇ 2 ਜਿਮ ਸੀਨ ਆ ਸੋ ਬਾਕੀ ਸੋਨਮ ਹੁਣਾਂ ਦਾ ਤੁਹਾਨੂੰ ਪਤਾ ਹੀ ਆ ਫਿਜ਼ਿਕਸ ਵਗੈਰਾ ਬਹੁਤ ਵਧੀਆ ਉਹਨਾਂ ਨੇ ਜਿੰਮ ਹੀ ਲਾਇਆ ਕਿ 10 ਮਿੰਟ ਸੋ 10 ਮਿੰਟਾਂ 'ਚ ਹੀ ਘੈਂਟ ਹੋ ਗਏ ਲਾਈਟ ਜਾਗ ਗਈ ਸੀ ਚਲੋ ਸੋ ਆਪਣਾ ਹੈਗਾ ਸਿੱਧੂ ਬਾਈ ਦਾ ਜੀ ਡੇ 2 ਗਾਣੇ ਦਾ ਨਾਮ ਹੈਗਾ ਬੂ ਕੌ ਫੀਚਰਿੰਗ ਸੋਨਮ ਬਾਜਵਾ ਡਾਇਰੈਕਟਡ ਬਾਏ ਸੁਖ ਸੰਘੇੜਾ ਜੀ ਅਤੇ ਉਸਤਾਦ ਜੀ ਲੱਗੇ ਹੋਏ ਆ ਲਾਈਟਿੰਗ ਲੂਟਿੰਗ ਸਾਡੇ ਵੱਲੋਂ ਰੈਡੀ ਹੈ ਸਾਰਾ ਅਤੇ ਭਾਅ ਜੀ ਦੱਸ ਰਹੇ ਆ ਵੀ ਕਿਵੇਂ ਕੀ ਹੋਏਗਾ ਅਤੇ ਤੁਸੀਂ ਜਿਹੜਾ ਕਿ ਸਕਰੀਨ 'ਤੇ ਦੇਖ ਚੁੱਕੇ ਹੋ ਆਲਰੇਡੀ ਵੀ ਕੀ ਕਿਵੇਂ ਹੋਇਆ ਸੋ ਕਿੱਕ ਬੋਕਸਿੰਗ ਕਰਨ ਲੱਗੇ ਮਨਦੀਪ ਭਾਅ ਜੀ ਇਹਨਾਂ ਨੇ ਕੀ ਕੀਤਾ ਗਲਬ ਥੱਲੇ ਸੈਟ ਲਿਆ ਉਹਨੂੰ ਕਿੱਕਾਂ ਮਾਰਨ ਲੱਗ ਗਏ ਕਹਿੰਦੇ ਕਿੱਕ ਬੋਕਸਿੰਗ ਹੋ ਗਈ ਹਾਂਜੀ ਸੋ ਇਹਨਾਂ ਦਾ ਜਿੰਮ ਆ ਜੀ ਥੈਂਕ ਯੂ ਸੋ ਮਚ ਐਂਕਰ ਜਿੰਮ ਬਰਮਿੰਗਮ ਆ ਨਾ ਬਰਮਿੰਗਮ ਐਂਕਰ ਜਿੰਮ ਕਹਿੰਦੇ ਹਾਂਜੀ ਇੱਕ ਦੱਸਿਆ ਆ ਇਟਸ 1 2 ਐਂਡ ਦੈਨ ਹੁੱਕ ਫਿਰ ਅਗੇਨ 1 2 ਹੁੱਕ ਫਿਰ ਜਦੋਂ ਇੱਥੇ ਹੋਣਗੇ ਫਿਰ ਆ 1 2 ਉਹ ਥੱਲੇ ਜਾ ਕੇ ਇੱਦਾਂ ਆ ਕੇ ਕੋਵਿਡ ਵਾਲਾ ਵਿਚ ਵਨ ਫਾਈਜ਼ਰ ਫਾਈਜ਼ਰ ਨਹੀਂ ਪਤਾ ਨਹੀਂ ਕਿਹੜਾ ਫਾਈਜ਼ਰ ਹੀ ਆ ਫਾਈਜ਼ਰ ਹੈ ਫਾਈਜ਼ਰ ਕੋਈ ਲੱਗਣਾ ਫਿਰ ਅਰੇ ਯਾਰ ਨਹੀਂ ਸਿੱਧੂ ਓਕੇ ਨੋ ਹੀ ਕਾਂਟ ਹੀ ਕੈਨ ਟੇਕ ਇਟ ਅਰਲੀ ਮਾਰਨਿੰਗ ਇਨ ਕਮ ਨਾ ਟੀਕਾ ਲਗਣਾ ਫਿਰ ਕੀ ਹੈ ਟੀਕਾ ਲੱਗੇ ਪਰਸੋਂ ਬੁਖਾਰ ਹੋ ਗਿਆ ਸੋ ਦੀ ਇਸ਼ੂ ਹੋ ਗਿਆ ਸਿੱਧੂ ਭਾਜੀ ਕਹਿੰਦੇ ਬੁਖਾਰ ਚੜ ਜਾਣਾ ਮੈਂ ਤੋਂ ਆਇਆ ਨਹੀਂ ਜਾਣਾ ਬੁਖਾਰ ਇੱਕ ਅੱਧੇ ਦਿਨ ਬਾਅਦ ਚੜਦਾ ਆ ਪਹਿਲਾਂ ਹੀ ਟੀਕਾ ਲਗਾਉਣ ਦੇ ਬੁਖਾਰ ਥੋੜੀ ਹੋ ਗਿਆ ਪਰਸੋਂ ਬੁਖਾਰ ਹੋ ਗਿਆ ਫਿਰ ਚਲੋ ਚੌਕ ਲੈ ਕੇ ਆਓ ਹੁਣ ਸਿੱਧੂ ਸਿੱਧੂ ਤੇ ਸੋਨਮ ਹੋਣਾ ਦੀ ਲੜਾਈ ਨੈਕਸਟ ਕਲਿੱਪ 'ਚ 4 ਦਿਨ ਗਾਣਾ ਨਹੀਂ 3 ਦਿਨ ਬਾਲੀਵੁੱਡ ਸੌਂਗ ਹੈਪਨਿੰਗ ਬਾਲੀਵੁੱਡ 'ਚ 4-5 ਦਿਨ ਲਾ ਕੇ ਕਰਦੇ ਆ ਪਰ 4 ਦਿਨ ਲਾ ਕੇ ਗਾਣਾ ਕਰਦੇ ਆ ਬਾਲੀਵੁੱਡ ਨੂੰ ਘੱਟ ਥੋੜੀ ਆ ਨਹੀਂ ਪਰ ਸਾਡੀਆਂ ਫਿਲਮਾਂ ਚੱਲਦੀਆਂ ਅੱਜ ਕੱਲ ਬਾਲੀਵੁੱਡ ਦੀਆਂ ਨਹੀਂ
ਕੁਛ ਵੀ ਹੈ ਠੀਕ ਹੈ ਅਤੇ ਜਦੋਂ ਹੀ ਤੂੰ ਉਹ ਦੇਖਿਆ ਹੈ ਨਾ ਸਿੱਧੂ ਤੁਰਿਆ ਦਾ ਹੈ ਨਾ ਐਂ ਕਰਕੇ ਤੂੰ ਘਬਰਾ ਜਾਣਾ ਉੱਥੇ ਖੜ ਕੇ ਦੇਖ ਉੱਥੇ ਖੜ ਕੇ ਮੇਰੀ ਰਿਐਕਸ਼ਨ ਦੇਖ ਧਿਆਨ ਦੇਖਿਓ ਬਹੁਤ ਨਰਵਸ ਹੈ ਨਾ ਹਾਂ ਤੁਸੀਂ ਇੱਥੇ ਨਾ ਰਿੰਗ ਹਾਂ ਸਟਾਈਲ ਮਾਰਨਾ ਲੈ ਕੇ ਆਹ ਵਨ ਥਿੰਗ ਫੋਰ ਯੂ ਇੱਦਾਂ ਹੀ ਰਿੰਗ ਕੱਢਣੀ ਹੈ ਨਾ ਇੱਦਾਂ ਰਿੰਗ ਕੱਢਦੇ ਉਹ ਜਾਨੂੰ ਉਹਨੇ ਤੁਰਿਆ ਹੋਣਾ ਤੁਸੀਂ ਦੇਖਣਾ ਓਕੇ ਜੀ ਸਤਿ ਸ਼੍ਰੀ ਅਕਾਲ ਇੱਦਾਂ ਕਰਕੇ ਨਿਕਲ ਜਾਣਾ We are almost done for today. This is the last scene, I believe. Then we're gonna drive back. Then can take 3 hours. Two hours drive. Almost. 24 hours. ਨਹੀਂ ਨਹੀਂ ਫਿਰ ਆਪਣਾ ਤਾਂ ਸਾਰਾ ਦਿਨ ਲਾਉਣਾ ਪੈਣਾ 30 ਦਾ ਇਹਨਾਂ ਨਾਲ ਵੀ ਸ਼ਾਰਟ ਆ ਤੁਹਾਡਾ ਤੇ ਫਿਰ ਈਵਨਿੰਗ ਆਪਾਂ ਹੋਰ ਜਿਹੜਾ ਤੁਹਾਡਾ ਘਰ ਵਾਲੇ ਸ਼ਾਰਟ ਠੀਕ ਹੈ ਕੋਈ ਕਰੋ ਇਹਨਾਂ ਨੂੰ ਸ਼ਾਰਟ ਓਕੇ ਚਾਹ ਬਹੁਤ ਘੈਂਟ ਆ ਅਸੀਂ ਸੋ ਚਾਹ ਪੀ ਰਹੇ ਹਾਂ ਟੁਲੇ ਟੀਪੂ ਸੁਲਤਾਨ ਟੁਲੇ ਟੀਪੂ ਸੁਲਤਾਨ ਰੈਸਟੋਰੈਂਟ ਦੀ ਬ੍ਰਾਈਟਨੈਸ ਘਟਾਓ ਇੱਥੇ ਸਾਡੇ ਬਰਮਿੰਗਮ ਚਾਹ ਹੈ ਭਾਜੀ ਹਾਂਜੀ ਘਟਾ ਥੋੜੀ ਨੈਕਸਟ ਲੈਵਲ ਚਾਹ ਚਾਹ ਵਿਦ ਸੋਨਮ ਅਸੀਂ ਹੋਰ ਹੋਰ ਘਟਾ ਹੋਰ ਘਟਾ ਸੋਨਮ ਜੀ ਇੱਥੇ ਸੀਗੇ ਤਾਂ ਕਰਕੇ ਚਾਹ ਵਿਦ ਸੋਨਮ ਉਹ ਭਾਜੀ ਹੱਸੀ ਜਾਂਦੇ ਥੋੜੀ ਜੀ ਹੋਰ ਘਟਾ ਫਨੀ ਆ ਨਾ ਬਹੁਤ ਫਨੀ ਆ ਫੱਕਿੰਗ ਜੋਕ ਮਾਰੀ ਜਾਂਦੇ ਸ਼ੂਟ ਸਾਡਾ ਜੀ ਅਸੀਂ ਬੜਾ ਹੀ ਰਿਲੈਕਸ ਜਿਹਾ ਸ਼ੂਟ ਕਰ ਰਹੇ ਹਾਂ ਕਿਉਂਕਿ ਆਰਟਿਸਟ ਵਧੀਆ ਤੇ ਸਾਡਾ ਲਾਸਟ ਸ਼ਾਟ ਅੱਜ ਫਿਰ ਇੱਕ ਦਿਨ ਦਾ ਹੋ ਸਕੇਜੂਲ ਆ 3 ਦਿਨ ਵਿੱਚ ਅਸੀਂ ਸ਼ੂਟ ਡਨ ਕੀਤਾ ਜੀ ਸਾਰਿਆਂ ਨੂੰ ਸੋ ਬਹੁਤ ਵਧੀਆ ਰਿਹਾ ਸਾਡਾ ਸ਼ੂਟ ਅਤੇ ਇਹ ਭਰਾ ਨੇ ਪਹਿਲੀ ਵਾਰ ਐਕਟ ਕੀਤਾ ਹਾਂਜੀ ਪਹਿਲੀ ਵਾਰ ਹਾਂ ਬਹੁਤ ਵਧੀਆ ਕੀਤਾ ਵੀਰੇ ਨੇ ਅਤੇ ਆਪਾਂ ਇੱਕ ਨਵਾਂ ਸਿਤਾਰਾ ਪੰਜਾਬੀ ਐਨੀਵੇਜ਼ ਬਹੁਤ ਵਧੀਆ ਰਿਹਾ ਜੀ ਸਾਡਾ ਸ਼ੂਟ 2nd day ਆਫ ਬਰਾਊਨ ਸ਼ਾਰਟੀ ਸੌਂਗ ਦਾ ਨਾਮ ਬੂ ਕਾਲ ਤਾਂ ਇੰਟਰੋ ਹੈ ਅੱਛਾ ਸੋ ਬਾਕੀ ਮਿਲਦੇ ਹਾਂ ਕੱਲ੍ਹ ਨੂੰ ਚੱਕ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਦਿਨ ਹੈਗਾ ਕਿਨਮਾ ਅੱਜ ਆਪਣਾ ਦਿਨ ਹੈ ਹੈਗਾ ਥਰਡ ਤੀਜਾ ਚੌਥਾ ਕੱਲ ਵੀ ਕੱਲ ਨਹੀਂ ਨਹੀਂ ਆ ਸੌਂਗ ਦਾ ਸਾਡੇ ਸਾਡੇ ਆ ਸੌਂਗ ਦਾ ਡੇ 3 ਡੇ 3 ਐਂਡ ਆਫ ਤੀਜਾ ਦਿਨ ਤੇਰੀ ਪੇਰ ਹੀ ਕੱਟ ਦੇ ਭਰਾਵਾ ਤੂੰ ਐਵੇਂ ਹਾਫ ਹੋ ਜਨਾ ਹਾਂ ਨਹੀਂ ਕੱਲ ਹਾਫ ਡੇ ਸੀ ਹਾਂ ਉਹਨੇ ਹੋਰ ਮੂੰਹ ਜਾਣਾ ਯਾਰ ਗੱਲ ਕਰ ਲੈ ਯਾਰ ਭਾਜੀ ਕਰ ਦਿਓ ਡਿਲੀਟ ਕਰ ਦਿਓ ਠੰਡ ਬਹੁਤ ਆ ਨਹੀਂ ਡਿਲੀਟ ਨਹੀਂ ਕਰਨੀ ਯਾਰ ਕਿਉਂ ਯਾਰ ਕੀਪ ਇਟ ਨੈਚੁਰਲ ਬ੍ਰੋ ਯਾ ਸੋ ਠੰਡ ਬਹੁਤ ਆ ਜੀ ਸਾਰਿਆਂ ਨੂੰ ਲੱਗ ਗਿਓਗੇ ਨਾ ਸਤਿ ਸ਼੍ਰੀ ਅਕਾਲ ਐਂਡ ਬਿਊਟੀਫੁਲ ਡੇ ਬਹੁਤ ਵਧੀਆ ਇੱਥੇ ਅਸੀਂ ਧੁੱਪੇ ਖੜੇ ਆ ਕਿ ਸਪੇਨ ਦੀਆਂ ਗਲੀਆਂ 'ਚ ਹੀਟ ਮਿਲਦੀ ਰਹੇ ਸਾਨੂੰ ਸਪੇਨ ਦਾ ਕਿਹੜਾ ਇਹ ਬਾਰਸਲੋਨਾ ਇੰਗਲੈਂਡ ਦੇ ਬਹੁਤ ਹੀ ਖੂਬਸੂਰਤ ਸ਼ਹਿਰ ਬ੍ਰਿਸਟਲ ਦੇ ਵਿੱਚ ਖੜੇ ਹੋਏ ਸਾਨੂੰ ਸਹੀ ਇਨਫੋਰਮੇਸ਼ਨ ਦੇਣੀ ਚਾਹੀਦੀ ਬ੍ਰਿਸਟਲ ਅਸੀਂ ਖੜੇ ਹਾਂ ਜੀ ਇਹਦਾ ਨਾਂ ਤੁਹਾਨੂੰ ਪਤਾ ਬ੍ਰਿਸਟਲ ਕਿਉਂ ਲੰਡਨ ਤੋਂ 2 ਘੰਟੇ ਦੂਰ ਲੰਡਨ ਦਾ ਤਾਂ ਤੁਹਾਨੂੰ ਪਤਾ ਨਾਂ ਕਿਵੇਂ ਪਿਆ ਲੰਡਨ ਦਾ ਪਤਾ ਬ੍ਰਿਸਟਲ ਦਾ ਨਿਕਲੇ ਘਰੋਂ 4 ਵਜੇ ਦਾ ਅਲਾਰਮ ਲੱਗਿਆ ਸੀਗਾ ਮੇਰਾ ਫਿਰ 15 ਮਿੰਟ ਮੈਂ ਹੋਰ ਵਧਾ ਕੇ ਉਹਨੂੰ 4:20 ਤੇ 15 ਤੇ ਉੱਠ ਖੜੇ ਸੀ ਸਾਡੇ ਕਾਲਜ ਦਾ ਫੋਰ ਪਹਿਲਾ ਬੰਦਾ ਸਾਜੀ ਬੈਂਚ ਬੈਠਾ ਨਹੀਂ ਸਾਡਾ 5 ਵਜੇ ਨਹੀਂ ਆਪਾਂ 5 ਵਜੇ ਨਿਕਲਣਾ ਸੀਗਾ ਤੇ ਆਕਾਸ਼ ਨੇ ਅਲਾਰਮ ਲਾਇਆ ਸੀ 4:55 ਸਰ ਸੱਚੀ ਤਾਂ ਉਹ ਦੇਖ ਕਿੰਨਾ ਸੋਹਣਾ ਰੈਡੀ ਹੋ ਗਿਆ 5 ਮਿੰਟ ਚ ਦਿਖਾ ਲਓ 4:55 ਆਈ ਵਾਸ ਅਪ ਬਿਫੋਰ ਆਲ ਯੂ ਗਾਇਸ ਵਰ ਅਪ ਆਈ ਵਾਸ ਅਪ ਬਾਈ 4:15 ਅੱਜ ਦਿਨ ਆਫ ਟੂ ਅ ਕ੍ਰੇਜ਼ੀ ਸਟਾਰਟ
ਪੂਰੇ ਸ਼ੂਟ ਹੈਸ ਬੀਨ ਆਪਾਂ 5 ਘੰਟੇ ਤੋਂ ਵੇਟ ਕਰ ਲੈਣ ਦਾ ਭਾਜੀ ਉਹ ਚੱਕੀ ਲੈ ਫਿਰ ਆਈ ਹੈਵ ਲੋਟਸ ਟੂ ਸੇ ਬਟ ਆਈ ਵਿਲ ਸੇਵ ਇਟ ਫॉर ਆਫ ਕੈਮਰਾ ਆਈਲ ਜਸਟ ਗਿਵ ਯੂ ਅ ਸਮਾਈਲ ਸੋ ਫਾਈਨਲੀ ਅਸੀਂ 11:30 ਵਜੇ 4 ਵਜੇ ਤੋਂ ਉੱਠੇ ਹੋਏ ਸੋ ਫਾਈਨਲੀ ਫਸਟ ਟੇਕ ਸਾਡਾ ਹੋ ਰਿਹਾ 11 ਵਜੇ 11 ਨਹੀਂ ਜ਼ਿਆਦਾ ਵੱਜ ਗਏ ਨਾ 11:30 ਉਹ ਦੇਖੋ ਸਾਡਾ ਪ੍ਰੋਡਕਸ਼ਨ ਮਨਦੀਪ ਸੋ ਜਾਣੀ ਉਹ ਤੁਹਾਡੇ ਉਹ ਟਿਕਲ ਤੋਂ ਪਤਾ ਲੱਗਿਆ ਕਿ ਉਹ ਤੁਹਾਡੇ ਨਾਲ ਐਂ ਛੋਟਾ ਹੁੰਦਾ ਵੀ ਕਰ ਦਿੰਦੇ ਬਸ ਆਹ ਸੀ ਠੀਕ ਹੈ ਹਾਂਜੀ ਚਲੋ ਭਾਈ ਆਪਾਂ ਇਹਨਾਂ ਨੂੰ ਹਾਂਜੀ ਅਪਡੇਟ ਇਹ ਆ ਸਵੇਰ ਦਾ ਕੁਝ ਖਾਧਾ ਨਹੀਂ ਅਤੇ ਇੰਨਾ ਭਾਰ ਚੁਕਾ ਚੁਕਾ ਕੇ ਸਾਡੇ ਕੋਲ ਚਾਈਲਡ ਲੇਬਰ ਕਰਾਈ ਜਾ ਰਹੀ ਚਾਈਲਡ ਨਹੀਂ ਹੁਣ ਤਾਂ ਬੁੜੇ ਹੋ ਗਏ ਯਾਰ ਓਲਡ ਲੇਬਰ ਕਰਾਈ ਜਾ ਰਹੀ ਸਾਡੇ ਕੋਲ ਉਹ ਵੀ ਹੰਗਰੀ ਰੱਖ ਕੇ ਵੀ ਆਰ ਡਨ ਨੋ ਵੀ ਆਰ ਨਾਟ ਡਨ ਯੈਟ ਸੋ ਸੋਨਮ ਜੀ ਦਾ ਪਾਰਟ ਬੇਸਿਕਲੀ ਕੱਚਾ ਪੱਕਾ ਡਨ ਹੋ ਗਿਆ ਬਾਕੀ ਦੇਖਦੇ ਆ ਜੇ ਉਹ ਇੱਕ ਦਾ ਦਿਨ ਹੋਰ ਇੱਕ ਦਾ ਦਿਨ ਨਹੀਂ ਫਿਊ ਸ਼ਾਟਸ ਲਈ ਆਪਣੇ ਜਾਣੇ ਰਹਿੰਦੇ ਮਾਈਲਸ ਤੋਂ ਵੀ ਆਰ ਡੂਇੰਗ ਵੀਡੀਓ ਹੈ ਕਰਨ ਮਿਊਜ਼ਿਕ ਵੀਡੀਓ ਸ਼ਾਟ ਹਾਂ ਕਿਆ ਪਰ ਦਿਸ ਗਾਇ ਯੈਸ ਇਟਸ ਅ ਨੇਮ ਇਜ਼ ਸਿੱਧੂ ਐਂਡ ਗਰਲਸ ਨੇਮ ਇਜ਼ ਸੋਨਮ ਬੋਲਵਿਟ ਸੋ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਸੋਨਮ ਅਤੇ ਸਾਡੀ ਸਾਰੀ ਟੀਮ ਵੱਲੋਂ ਸੋਨਮ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ